ਚੜਦੇ ਗਏ ਯਾਰ ਗੋਲ ਵਾਲੇ ਤੈਨੂੰ ਪਤਾ ਨਹੀਂ ਕੀ ਬਣਦਾ ਹਾਏ ਡੇਰੇ ਯਾਰ ਜਿਹੜਾ ਮੇਲਾ ਹੁੰਦਾ ਵਾ ਡੇਰਾ ਬਾਬਾ ਨਾਨਕ ਦਾ ਅੱਜ ਹੈਗਾ ਉਹਦਾ ਆਖਰੀ ਦਿਨ ਤੇ ਅੱਜ ਜਾਣਾ ਤੇ ਬਣਦਾ ਹੈ ਕਿਉਂਕਿ ਮੈਂ 1 ਤਰੀਕ ਨੂੰ ਤੁਹਾਨੂੰ ਵਿਖਾਇਆ ਸਾਰਾ ਕਿੱਦਾਂ ਕੀ ਪ੍ਰੋਗਰਾਮ ਹੈ ਤੇ 4 ਤਰੀਕ ਨੂੰ ਜਿਹੜਾ ਮੇਨ ਹਨਾ ਹੁੰਦਾ ਵਾ ਸੰਗ ਉਦੋਂ ਦਾ ਵਿਖਾਇਆ ਤੇ ਅੱਜ ਹੈਗੀ ਹੈ ਫਾਈਨਲੀ 10 ਤਰੀਕ 1 ਤਰੀਕ ਨੂੰ ਮੇਲਾ ਸਟਾਰਟ ਹੁੰਦਾ ਵਾ 10 ਤਰੀਕ 11 ਤਰੀਕ ਤੱਕ ਰਹਿੰਦਾ ਹੈ ਤੇ ਅੱਜ ਸ਼ਾਇਦ ਆਖਰੀ ਦਿਨ ਹੋਵੇ ਜਾਂ ਕੱਲ੍ਹ ਹੋਵੇ ਤੇ ਅੱਜ ਚੱਲੇ ਹਾਂ ਫਿਰ ਡੇਰਾ ਬਾਬਾ ਨਾਨਕ ਵੈਲਕਮ ਬੈਕ ਟੂ ਚੰਗਾਈਜ਼ ਆਈ ਹੋਪ ਤੁਸੀਂ ਸਾਰੇ ਘੈਂਟ ਹੋ ਤੇ ਬਸ ਚੱਲੇ ਹਾਂ ਮੈਂ ਰੈਡੀ ਹੋ ਗਿਆ ਵਾਂ ਤੇ ਇੱਕ ਮੁੰਡਾ ਹੋ ਰਿਹਾ ਉਹ ਰੈਡੀ ਦਿਆ ਹੁਣ ਨਹਾ ਧੋ ਕੇ ਤੇ ਫਿਰ ਚੱਲਦੇ ਹਾਂ ਮੋਟਰਸਾਈਕਲ 'ਤੇ ਜਾਣਾ ਵਾਂ ਬਸ ਹੁਣ ਚੱਲਦੇ ਹਾਂ 5-10 ਮਿੰਟ ਤੱਕ ਟਾਈਮ ਵੀ ਸਵੇਰ ਦੇ 10:30 ਵੱਜ ਗਏ ਨੇ ਅਤੇ ਮਤਲਬ ਕਿ ਜੇ ਤੁਸੀਂ ਚੋਲਾ ਸਾਹਿਬ ਦੇ ਦਰਸ਼ਨ ਕਰਨੇ ਆ ਫਿਰ ਤੁਹਾਨੂੰ ਆਉਣਾ ਚਾਹੀਦਾ ਵਾ ਇੱਥੇ ਕਿਤੇ 10-11 ਵਜੇ ਤੱਕ ਤੁਸੀਂ ਦਰਸ਼ਨ ਕਰ ਸਕਦੇ ਅੰਦਰ ਗੁਰਦੁਆਰੇ ਦੇ ਜੇ ਤੁਸੀਂ ਲੇਟ ਹੋ ਗਏ ਤਾਂ ਫਿਰ ਨਹੀਂ ਮਤਲਬ ਫਿਰ ਉੱਥੇ ਬਿਲਕੁਲ ਭੀੜ ਹੋ ਜਾਂਦੀ ਹੈ ਅੱਜ ਤੂੰ ਕੜਾ ਅੱਜ ਲੈਣਾ ਵਾ ਪਹੁੰਚ ਤੇ ਗਏ ਆ ਮੋਟਰਸਾਈਕਲ ਵੀ ਆਪਾਂ ਗੁਰਦੁਆਰੇ ਲਾਤਾ ਪਾਰਕਿੰਗ ਦੇ ਚ ਬਾਹਰ ਨਹੀਂ ਨਾ ਯਾਰ ਲਾ ਸਕਦੇ ਕਿਤੇ ਵੀ ਕੀ ਤੇਲ ਭਾਵੇਂ ਕੋਈ ਕੱਢ ਲੈਂਦਾ ਹਨਾ ਚੌਕੀ ਲੈਣਾ ਤੇਲ ਖਾਲੀ ਕੱਢਣਾ ਹਾਂ ਤੇ ਅਸੀਂ ਇਸ ਕਰਕੇ ਗੁਰਦੁਆਰੇ ਲਾਤਾ ਤੇ ਅੱਜ ਵਿਹਲਾ ਕੰਮ ਆ ਅੱਜ ਭੀੜ ਨਹੀਂ ਹੈਗੀ ਬਾਕੀ ਤੁਹਾਨੂੰ ਵਿਖਾਉਂਦੇ ਆ ₹300 ਦੇ ਵਿੱਚ ਦੋ ਡਰਾਈ ਫਿੱਟ ਟੀ ਸ਼ਰਟਾਂ ਦੀ ਸੇਲ ਇੱਧਰ ਤੇ ਹੋ ਗਿਆ ਮੈਦਾਨ ਖਾਲੀ ਖਤਮ ਤੇ ਗਾਣੀ ਉਧਰ ਹੈਗੇ ਜੇ ਉਧਰ ਲੈ ਕੇ ਆਉਂਦੇ ਫਿਰ ਚੱਲੀਏ ਚੱਲ ਜਾਣਾ ਕੰਮ ਉਧਰ ਚੱਲਦੇ ਆ ਆ ਵੀ ਉੱਠ ਜਾਣਾ ਕੱਲ ਤੱਕ ਹਨਾ ਖਾਲੀ ਚੱਲਣ ਡਿਆ ਖਾਲੀ ਬੇੜੀ ਦੇ ਚੱਲਣ ਲਈਏ ਫਿਰ ਇੱਥੇ ਲਈਏ ਖਾਲੀ ਹੋਈ ਨਹੀਂ ਕੋਈ ਫਿਰ ਕਿਉਂ ਨਹੀਂ ਹੈਗਾ ਅਸੀਂ ਲਈਏ ਵਿਹਲੇ ਨੇ ਕੱਲੇ ਨੂੰ ਘੁਮਾਉਣਾ ਬੜੀ ਰੀਜਨ ਉਹ ਆ ਜਾਗਾ ਚੱਲ ਆ ਆ ਜਾ ਯਾਰ ਚੜ੍ਹਦੇ ਗਏ ਯਾਰ ਗੋਲ ਵਾਲੇ ਤੈਨੂੰ ਪਤਾ ਨਹੀਂ ਕੀ ਬਣਦਾ ਹਾਏ ਬਬਲਾ ਮੈਨੂੰ ਰਾਣ ਲੱਗਣ ਓਏ ਜੋ ਨਜ਼ਾਰਾ ਇੱਥੇ ਆ ਨਾ ਬੇੜੀ ਨੀ ਹੈਗਾ ਮੈਨੂੰ ਤਾਰ ਦੇ ਕਰੀ ਮੈਨੂੰ ਹਲਾ ਕਰ ਰਹਿਣ ਦੇ ਤਪੇ ਚ ਰਹਿਣ ਕੋਈ ਜਾਣ ਸਾਰਾ ਡੇਰਾ ਤੇ ਲੈ ਵੀ ਇੱਥੋਂ ਦੇਖਦਾ ਉੱਤੋਂ ਐ ਇਹਨੇ ਘਮਾਉਣਾ ਹੈ ਬੜੀ ਰੀਜਨ ਇਹਨੂੰ ਹੁਣ ਫੋਨ ਅੰਦਰ ਰੱਖ ਲਿਆ ਯਾਰ ਹੁਣ ਪਹਿਲਾਂ ਝੂੜੇ ਲੈ ਲਈਏ ਚੱਜ ਨਾਲ ਵਿੱਚੋਂ ਤੁਹਾਨੂੰ ਥੋੜਾ ਕੁ ਸੀਨ ਵਿਖਾ ਦਾਂਗੇ ਜਿੱਥੋਂ ਘੱਟ ਦਿਲ ਥੋੜਾ ਜਿਹਾ ਠੀਕ ਰਹੇਗਾ ਉੱਤੋਂ ਨਹੀਂ ਤਾਂ ਉਲਟੀ ਕਰਾਂਗੇ ਮੈਂ ਸਾਰਾ ਹੁੰਦਾ ਥੱਲੇ ਜਾਂਦਾ ਵਾ ਉੱਤਰ ਲੱਗਾ ਭਰਾਵਾ ਝੂਟਾ ਡੇਢਾ ਹੋ ਗਿਆ ਜੀ ਝੂਟਾ ਉਹ ਜੋ ਥੱਲੇ ਜਾਂਦਾ ਨਾ ਬਸ ਤਾਰਦੇ ਹਨ ਬੜਾ ਮੈਨੂੰ ਸਭ ਤੋਂ ਉੱਤੇ ਬੜਾ ਯਾਰ ਤਾਰਦੇ ਮੈਨੂੰ ਤਾਰਨਾ ਨੀ ਅਜੇ
ਬਸ ਰਹਿ ਗਏ ਹੋਰ ਇੱਕ ਦੋ ਫੇਰੇ ਰਹਿ ਗਏ ਆਹ ਇੱਕ ਖਤਮ ਹੋ ਗਿਆ ਇੱਕ ਰਹਿ ਗਿਆ ਬਸ ਪਰ ਅਸੀਂ ਸਾਰੇ ਯਾਰ ਅਸੀਂ ਇਕੱਲੇ ਹੀ ਆ ਬਸ ਦੋਵੇਂ ਜਣੇ ਨਾ ਅਸੀਂ ਇਕੱਲੇ ਸਾਰਾ ਖਾਲੀ ਆ ਸਿਰ ਦੇ ਪਿਆ ਘੁੰਮਣ ਵੇ ਹੁਣ ਥੋੜਾ ਜਿਹਾ ਹੋਣ ਡੈ ਪਿਆ ਮੇਰਾ ਭਾਜੀ ਮੱਝਾਂ ਡਾ ਦਿਓ ਓਹੋ ਮੱਝਾਂ ਡਾ ਦਿਓ ਭਾਜੀ ਵੇਲ ਮੇਰੇ ਲੱਤਾਂ ਕੰਮਾਂ ਦੀਆਂ ਹੀ खेलना कि चल जा बबले बह के जा चुके कनेडा कनेडा जान जिन्हें चढ़ना चढ़ जाओ बारह बज के 7 मिनट हो गया तो हूँ अं वेले होने वक्री जी जगह लभ के तो बह गए बस स्टैंड के थले तो उधर हूँ मैं तुम सारा इतों दिखन दिया तुम सामने वेख लो कितना हम सारे घूमन डे वो वाला लाता आ जे अं अज ना आते तो फिर कल तक सारे ख उतर जाने ही जो 3-4 दे चलन हो कल तक खत्म हो जाने गए क्योंकि अब लास्ट डे है और उत्थे बैठे हाँ आप रो पी लिए यार हूँ है लगा लंगर रोह का लगा इत लगी किन्ने दी प्लेट है नूडल दी नूडल 30 रुपए दी कर दो एक प्लेट कर दो तुरद फिर मेरे भुख लग ही जाती है इस करके एक प्लेट नूडलों की मंगाई है वधिया खाने तो बाद फिर निकल चुके हैं घूमन फिरन वास्ते अज नहीं जाना घर अज नहीं जाना अज ही शामा तक इतने ही है चले तो यार लंगर खाना भीड़ ही बड़ी मगर लंगर हाल के बाहर भीड़ वेख के वापस मुड़ आए हैं हूँ आप उतो खाने टाली साहब हूँ अपने उत्तर बहुत टाली साहब गुरुद्वारे खाने लंगर पार्किंग च मोटरसाइकिल कट के आप चले घर हाँ 3-4 घंटे हो गए हम इतने ही फिर होना 3 बजे फिर होना इतने दोपहर बाकी यार घर पहुँचते पहुँचते सू पौने दो हो ही गए ही तो हूँ बस यो अद छोटा जहा बलॉग मेरे का बलॉग यार इतने खत्म है तो एक छोटा जहा कमेंट कर दो यार इस वीडियो के उत्ते क्योंकि एंड का मेला है एंड का दिन मेले का सो प्लीज़ एक छोटा जहा कमेंट तो बलॉग कि लगा भी जरूर दसना कमेंट के वेख के तो कोई वधिया जहा पार्ट मैंने दस दौ जो तुम वधिया लगे कमेंट तो इतने कर दे एंड टिल दैन टेक केयर बाय बाय गाइज़